ਸਾਰੇ ਵਧੀਆ ਹੋਗੇ। ਰਾਤ ਸਾਡੇ ਨਾਲ ਬਹੁਤ ਅਜਨਬੀ ਘਟਨਾ ਵਾਪਰ ਗਈ ਸਾਡੇ ਘਰੇ। ਬਾਬਾ ਆ ਗਿਆ ਸੀ, ਆ ਗਿਆ ਬਈ, ਸਾਡੇ ਅੰਦਰ ਵੜ ਗਿਆ ਸੀਗਾ। ਸਾਰੀ ਰਾਤ ਜਾਗਦੇ, ਮੰਮਾ ਨੂੰ ਹੀ ਦੱਸਿਆ ਸੀ। ਮੰਮਾ ਨੇ ਦੱਸਿਆ, ਕਹਿੰਦੇ ਬਾਬਾ ਆ ਗਿਆ ਘਰੇ। ਤੇ ਸਾਰੀ ਰਾਤ ਅਸੀਂ ਜਾਗਦੇ ਰਹੇ, ਸੁੱਤੇ ਨਹੀਂ। ਹੁਣ ਅਸੀਂ ਉੱਠੇ ਆ, ਹੁਣ ਅਸੀਂ ਇੱਥੇ ਸਾਡੇ ਦਰਬਾਰੀ ਦਾਸ ਦੀ ਜਗ੍ਹਾ ਉੱਥੇ ਮੱਥਾ ਟੇਕ ਕੇ ਆਉਣੇ ਆ। ਤੇ ਮੰਮਾ ਉਹਨਾਂ ਨੂੰ ਅਸੀਂ ਕਹਿੰਦੇ ਰਹਿਪੂ ਪਰ ਰਹਿੰਦੇ ਨਹੀਂ ਅੱਜ। ਪੂਰੀ ਤਿਆਰ ਆ ਜਾਣ ਨੂੰ। ਡੈਡੀ ਡੈਡੀ ਕਹਿੰਦੇ ਰਹਿਣਾ, ਡੈਡੀ ਡੈਡੀ ਤਾਂ ਮੈਂ ਤਾਂ ਗਈ, ਮਾਂ ਨੀ ਮਾਂ ਨੀ ਮਾਂ ਨੀ ਅੰਦੂ ਤੇ ਇੱਕ ਧੀ ਬਰਾ ਵੀ ਨਹੀਂ ਕੀ ਬਣ ਆ ਕੇਂਦਰ ਹੋ ਗਈ ਤਾਂ ਹੁਣ ਵੱਡੀ ਧੀ ਗਈ ਤੇਰੀ ਕੋ ਭੈਣ ਨੂੰ ਹੋਈ ਹੈ ਦੇ ਦੇ ਨੂੰ ਹੋਈ ਹੈ ਇਹ ਨਾ ਹੁਣ ਤੇਰੀ ਨੀਕ ਤਾਂ ਭਾਬੋ ਕੇ ਹੁਣ ਉਹਨਾਂ ਦੀ ਬਾਰੀ ਆ ਭੇਜਣ ਦੀ। ਉਹ ਤਾਂ ਪਹਿਲਾਂ ਹੀ ਮੈਨੂੰ ਉਹਨੇ ਦੱਸਣਾ ਤਾਂ ਕਦੋਂ ਮੱਥਾ ਟੇਕਣ। ਮੰਮੀ ਹੁਣਾਂ ਨੂੰ ਮੱਥਾ ਟਿਕਾ ਕੇ ਲੈ ਕੇ ਆਉਣਾ। ਦੇਖੋ ਦੋਨੇ ਭੈਣਾਂ ਸਲਾਹ ਪਤਾ ਨੀ ਕੀ ਕਰੀ ਜਾਂਦੀਆਂ, ਇਕੱਠੀਆਂ ਖੜੀਆਂ। ਤੇ ਆਜੋ ਆਜੋ ਬਾਹਰ ਆਜੋ ਆਜੋ, ਇੰਨੇ ਜਣੇ ਬਹਿ ਜਾਂਗੇ ਗੱਡੀ ਚ? ਮੈਨੂੰ ਨੀ ਲੱਗਦਾ ਬੈਠਾ ਹੋਵੇ। ਪਿੱਛੇ ਬੈਠਣਾ ਉਹ ਪਾਪੇ ਨੂੰ, ਮੂਹਰੇ ਬੈਠਣਾ ਪੈਣਾ। ਮੰਮੀ ਡੈਡੀ ਹੁਣਾਂ ਨੂੰ ਵਿਖਾਉਣ ਆਏ ਹਾਂ ਗੁਰਦੁਆਰਾ ਸਾਹਿਬ। ਨਾਲੇ ਅਸੀਂ ਕਿਹਾ ਚੱਲ ਅਸੀਂ ਮੱਥਾ ਟੇਕ ਜਾਵਾਂਗੇ, ਜਾਂਦੇ ਹਾਂ ਹੁਣ। ਆਪਾਂ ਪਹੁੰਚੇ ਹਾਂ ਗੁਰਦੁਆਰਾ ਬਾਬਾ ਭਾਈ ਦਰਬਾਰੀ ਦਾਸ ਫੇਰੋਕੇ। ਆ ਗੁਰਦੁਆਰਾ, ਇੱਥੇ ਮੱਥਾ ਟੇਕਦੇ ਹਾਂ। ਨਾਲ ਆਏ ਆ ਸਾਰਾ ਫੈਮਿਲੀ, ਸਾਰੀ ਫੈਮਿਲੀ। ਚਲੋ ਆਓ ਜੀ ਅੰਦਰ ਮੱਥਾ ਟੇਕੀ। ਮੈਂ ਤੇ ਵਿੱਚ ਮਾਰ ਲਵਾਂਗਾ ਜੀ ਆਪਾਂ।
ਆਪਾਂ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਨੇ ਆ ਵਾਪਸ ਘਰੇ। ਸਾਰਿਆਂ ਨੇ ਚਾਹ ਦਾ ਲੰਗਰ ਵੀ ਛਕ ਲਿਆ ਤੇ ਮੰਮੀ ਹੁਣਾਂ ਨੇ ਖੀਰ ਖਾਧੀ ਆ। ਮੰਮੀ ਨੇ ਨਹੀਂ ਖਾਧੀ, ਦੂਜੀ ਮੰਮੀ ਨੇ ਖਾ ਲਈ ਆ। ਦੋ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਦੇ ਤਾਂ ਹਾਂ, ਸਾਡੇ ਨੇੜੇ ਨੇੜੇ ਇਹੀ ਸੀ ਜਿਹੜੀ ਇੱਥੇ ਨੇੜੇ ਨੇੜੇ ਇਹ ਸੀ, ਉੱਥੇ ਕਰਵਾ ਦੇ ਦਰਸ਼ਨ। ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਮੰਮੀ ਹੁਣਾਂ ਨੇ ਅੱਜ ਜਾਣਾ ਕਿ ਕੋਟਕਪੂਰੇ ਤੋਂ ਚੜਾ ਦੀਏ ਹੁਣ ਬਾਬੇ ਹੁਣ ਦਾ ਚੱਲੇ ਆ ਗਏ ਤੇ ਆਪਾਂ ਬੱਸ ਚੜਾਉਣ ਆਏ ਸੀਗੇ ਮੰਮੀ ਡੈਡੀ ਨੂੰ ਮਿਲ ਰਹੇ ਆ ਕੀ ਹਾਂ ਸਾਈਡ ਤੇ ਕਰਕੇ ਖੜਾਉਣਾ, ਇੱਧਰ ਆ ਜਾਓ। ਚਲੋ ਮੰਮੀ ਹੁਣ ਚੜ ਲਿਆ ਬੱਸ। ਅੰਬਰਸਰ ਅੰਬਰਸਰ ਹਨੀ ਵੀ ਅੱਜ ਜਾ ਰਹੇ ਨੇ, ਪਹਿਲਾਂ ਗੋਪੀ ਦੇ ਮੰਮੀ ਡੈਡੀ ਨੂੰ ਛੱਡ ਕੇ ਆਉਂਦਾ, ਹੁਣ ਹਨੀ ਕਹਿੰਦੇ ਕਿ ਮੈਂ ਜਾਣਾ ਹੀ ਆ, ਮੈਂ ਨਹੀਂ ਰਹਿਣਾ ਤੇ ਮੈਨੂੰ ਵੀ ਛੱਡ ਕੇ ਆਓ। ਹੁਣ ਮੈਂ ਤੇ ਬ੍ਰਦਰ ਹਨੀ ਨੂੰ ਚੜਾ ਕੇ ਆਉਂਦੇ ਹਾਂ ਤੇ ਮੈਂ ਰਹੇ ਹਾਂ ਤੇ ਪੈਰ ਤੇ ਮੈਂ ਪੱਟੀ ਕਰ ਲਈ ਆ ਕਿਉਂਕਿ ਮੈਂ ਦੋ ਤਿੰਨ ਦਿਨ ਰੁਕੂੰਗੀ। ਮੈਂ ਇੱਥੇ ਰਹਿ ਕੇ ਥੋਲੇ ਵਗੈਰਾ ਪਵਾਉਣੇ ਆ, ਨਾਲੇ ਮੈਡੀਸਨ ਲੈਣੀ ਆ ਆਪਣੇ ਪੈਰ ਦੀ। ਤਾਂ ਕਰਕੇ ਫਿਰ ਗੱਡੀ ਤਾਂ ਜਮਾ ਮੱਚੀ ਪਈ ਆ। ਤੁਰਦੇ ਤੁਰਦੇ ਕਹਿੰਦੇ ਕੋਲਡ ਡਰਿੰਕ ਪੀ ਲੈਂਦੇ ਹਾਂ। ਮੰਮੀ ਕਹਿੰਦੀ ਸੀ ਚਾਹ ਬਣਾਉਣੀ ਆ, ਕਹਿੰਦੇ ਨਹੀਂ ਅਸੀਂ ਕੋਲਡ ਡਰਿੰਕ ਪੀਣੀ ਆ। ਹੁਣ ਜਾਂਦੇ ਜਾਂਦੇ ਫਿਰ ਕੋਲਡ ਡਰਿੰਕ ਤਾਂ ਛੱਡ ਜਾਂਦੇ ਪਈ ਆ ਮੰਮੀ ਕੋਲੇ ਬੋਤਲ ਸਾਰੀ ਪਈ ਆ। ਚੇਅਰਸ ਕੀ ਆ ਚੇਅਰਸ ਤੇ ਪੱਟੀ ਬੰਨੀ ਹੋਈ ਆ ਕਿਉਂਕਿ ਫਿਰ ਰਸਤੇ ਚ ਡਸਟ ਵਗੈਰਾ ਪੈ ਜਾਂਦੀ। ਤਾਂ ਚੱਲੀਏ ਪੀ ਲਈ ਮੰਮੀ ਆਉਂਦਿਆਂ ਨੂੰ ਸੈਂਡਵਿਚ ਤਿਆਰ ਰੱਖੀ। ਇਹਨਾਂ ਨੇ ਜਾਣਾ ਸੀ ਪਰ ਇਹ ਅੱਜ ਰੁਕ ਗਏ ਨੇ ਤੇ ਰੁਕ ਤਾਂ ਗਏ ਨੇ ਇੱਧਰ, ਕਹਿੰਦੇ LED ਲੈਣੀਆਂ ਫਿਰ LED ਅਸੀਂ ਲੈਣਾ ਆ ਤੇ ਵੇਟ ਕਰਦੇ ਪਏ ਨੇ ਇੱਥੇ LED ਲੈਣ ਵਾਸਤੇ। ਇੱਥੇ ਅਸੀਂ ਵੇਟ ਕਰਦੇ ਪਏ ਹਾਂ LED ਲੈਣ ਵਾਸਤੇ। ਉਹ ਕਹਿੰਦੇ ਵੇਟ ਕਰੋ, ਦਿਖਾਉਂਦੇ ਹਾਂ, ਦਿਖਾ ਤਾਂ ਦਿੱਤੀਆਂ ਤੇ ਥੋੜ੍ਹਾ ਪੈਸੇ ਦਾ ਰੌਲਾ ਏ। ਉਹ ਸਾਨੂੰ ਕਹਿ ਰਹੇ ਆ 16,000 ਦੀ ਦੇ ਦੋ ਹਨਾ, 16 ਦੀ ਹੀ ਲੈ ਕੇ ਜਾਣੀ ਆਪਾਂ, ਠੀਕ ਹੈ ਦੇ ਦੇਣਗੇ ਤੈਨੂੰ। ਬਾਕੀ ਦੇਖਦੇ ਹਾਂ ਕੀ ਬਣਦਾ ਫਿਰ। ਮੈਨੂੰ ਫਰਿੱਜ ਬਹੁਤ ਵਧੀਆ ਲੱਗੀ, ਲੈ ਕੇ ਜਾਣੀ ਆਪਾਂ ਉੱਦਾਂ ਦੀ ਫਰਿੱਜ। ਵਾਈਟ ਨਹੀਂ, ਕਲਰ ਆਹੀ ਸਹੀ ਆ। ਹਾਂ ਤੇ ਬਾਕੀ ਦੇਖਦੇ ਹਾਂ। LED ਲੈ ਆਉਂਦੀ 32 ਇੰਚੀ LG ਦੀ ਤੇ ਐਂਡਰੋਇਡ ਆ ਸਾਰੀ। ਤੇ ਹੁਣ ਆਪਾਂ ਆ ਗਏ ਇੱਥੇ ਪਾਰਟੀ ਕਰਨ, ਸਮੋਸੇ ਲੈਣ ਆਏ ਆ, ਘਰੇ ਲੈ ਕੇ ਜਾਵਾਂਗੇ ਤੇ ਇੱਕ ਮਿਰਚ ਖਾਣ ਨੂੰ ਲੈ ਰਹੇ ਹਾਂ ਆਪਾਂ। ਕੀ ਤੇ ਬਸ ਇੱਥੋਂ ਲੈ ਕੇ ਚੱਲਦੇ ਹਾਂ ਘਰੇ।